नमस्कार प्राइम न्यूज 24 में आपका स्वागत है। मैं हूं अग्रिमा जादौन और खबर गुरदासपुर से आ रही है। जायदाद हड़पने के चक्कर में जीजा ने नाबालिग इकलौते साले का किया कत्ल। जायदाद हड़पने के मकसद से जीजा ने अपने इकलौते 15 साल के नाबालिग साले का कत्ल कर दिया और लाश को नहर में बहा दिया। इत्तला मिलते ही पुलिस हरकत में आई। फिलहाल पुलिस के द्वारा केस दर्ज करते हुए कातिल जीजा को गिरफ्तार कर लिया है और मृतक की लाश की तलाश जारी है। लॉकडाउन समय से जीजा बटाला की आबादी गोनसपुर में घर जमाई बनकर रह रहा था। मृतक करण कुमार के पिता सुखदेव सिंह और ताया तरसेम ने बताया कि उनका जवाई नवजोत सिंह उनके पास रह रहा था और ऑटो रिपेयर का काम करता था। सुखदेव सिंह ने बताया कि उसका बेटा पढ़ाई नहीं करता है और वह ऑटो रिपेयर की दुकान में काम करता था। 26 नवंबर को उसका बेटा दुकान से घर आ रहा था तो उसका जमाई उसके बेटे को मोटरसाइकिल पर बिठाकर अपने साथ अमृतसर ले गया था, जहां उसने उसके बेटे की हत्या कर दी गई और लाश को नहर में बहा दिया गया। वहीं पुलिस अधिकारी शिव कुमार का कहना था कि इस कत्ल के मामले में धारा 302 के तहत केस दर्ज करते हुए दोषी जीजा को गिरफ्तार कर लिया है और मृतक की लाश की तलाश जारी है। प्राइम न्यूज 24 के लिए गुरदासपुर से जतिंदर कुंडल की रिपोर्ट। 367 दर्ज की उस बाद जो डिटेल विभाग से भरोई अरेस्ट किया। पुलिस पड़ताल तो पता लगा कि इन्हें अपने सारे की मैं डेथ मौत कर करता है। इन्वेस्टिगेशन बाद ही दफा 15 तरीक नूं वादा जुर्म किया 364 302 201 आईपीसी। लाश जिहड़ी बरामद होगी, लाश नहरां बंद कराईआं पईआं, अज भी सर्च चलन डई आ ते कल भी चलनी आ ते मौका ही वेख के आ। जब कुआ होया अमृतसर वल्ला फाट वल्ला नहर आ सरठां दे सामने उत्थे निकल वास्ते। सर मेरा बच्चा 26 तरीक नूं गुमशुदा होया सी, इहदी रिपोर्ट मैं करा चुका सी अपने सिविल लाइन विच हरपाल सिंह भाजी उहनां दे अगे। हांजी, की हुंदा उस तों बाद? सर उस तों बाद इहनां ने एप्लीकेशन मेरी कर ली दर्ज इहनां ने, ते सर कोई 2-4 दिनां बाद इहनां ने जाके कार्रवाई करनी शुरू कीती सी, ओह वी अपने लोकेशन आण तों बाद। ते तुहानूं किद्दां पता लगा कि तुहाडे बेटे दी डैथ होई? सर सानूं अज SSP साहब ने दसिया, तो DSP मैडम ने परमिंदर कौर उन्होंने दसिया जी कि ਤੁਹਾਡਾ ਬੇਟਾ ਬਿਲਕੁਲ ਇਹਨੇ ਖਤਮ ਕਰ ਦਿੱਤਾ ਦਾ, ਕਤਲ ਕਰ ਦਿੱਤਾ ਦਾ, ਬੱਚਾ ਤੁਹਾਡਾ ਨਹੀਂ ਜੀ ਹੈ। ਖਤਮ ਕਰਨ ਵਾਲਾ ਕੌਣ ਆ? ਸਰ ਮੇਰਾ ਜਵਾਈ ਹੈ ਜੀ। ਕੀ ਕਾਰਨ ਆ ਕਿ ਜਿਹੜਾ ਉਹਨਾਂ ਨੂੰ ਖਤਮ ਕਰ? ਸਰ ਮੈਨੂੰ ਤਾਂ ਇਹੋ ਦੱਸਿਆ ਗਿਆ ਪੁਲਿਸ ਵੱਲੋਂ ਕਿ ਤੇਰੀ ਜਾਇਦਾਦ ਦੇ ਮਗਰ ਪੈ ਕੇ ਲਾਲਚ ਦੇ ਵਿੱਚ ਅਤੇ ਫਿਰ ਉਹਨੇ ਕਤਲ ਕੀਤਾ ਜੀ। ਇਹ ਸਾਡੇ ਮਾਸੀ ਜੀ ਦਾ ਲੜਕਾ ਹੈ ਸੁਖਦੇਵਪਾਲ, ਅਤੇ ਇਹਦਾ ਜਵਾਈ ਸੀਗਾ, ਅਤੇ ਸਾਨੂੰ ਇੱਦਾਂ ਸੀ ਕਿ ਕਹਿੰਦਾ ਵੀ ਹਰ ਮੁੰਡਾ ਇੱਦਾਂ ਗੁੰਮ ਹੋ ਗਿਆ, ਕੰਮ ਤੋਂ ਆਇਆ ਨਹੀਂ। ਮੈਂ ਕੋਈ ਗੱਲ ਨਹੀਂ, ਨਹੀਂ ਆਇਆ ਤਾਂ ਕਿਤੇ ਰੁਕ ਗਿਆ ਹੁਣ, ਅਤੇ ਇਹ ਉਦਣ ਹੀ ਇਹ ਵੀ 10 ਵਜੇ ਨਾਲ ਉਦਣ ਗਿਆ ਵਾ ਵੀਰਵਾਰ, ਅਤੇ ਉਦਣ ਹੀ ਸ਼ਾਮੀ ਮੁੰਡਾ ਜਿਹੜਾ ਸੀ ਨਾ ਇਹ ਗੁੰਮ ਹੋ ਗਿਆ ਸਾਡਾ। ਸਾਨੂੰ ਪਹਿਲਾਂ ਥੋੜ੍ਹਾ ਜਿਹਾ ਡਾਊਟ ਹੈਗਾ ਸੀ ਕਿ ਮੁੜ ਕੇ ਸ਼ਾਇਦ ਮੁੰਡਾ ਇਹਨੇ ਮੁੜ ਕੇ ਇਹੋ ਕੰਮ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਅਤੇ ਬਾਅਦ ਵਿੱਚ ਇਹਨੇ ਰਿਪੋਰਟ ਉਹਦੇ 'ਤੇ ਨਹੀਂ ਲਿਖਾਈ, ਇਹ ਰਿਪੋਰਟ ਸਿਰਫ ਲਿਖਾਈ ਗੁੰਮਸ਼ੁਦਾ ਦੀ। ਬਾਅਦ ਵਿੱਚ ਮੈਨੂੰ ਕਹਿੰਦਾ ਵੀਰ ਮੁੰਡਾ ਨਹੀਂ ਲੱਭਣ ਡਿਆ, ਮੈਂ ਰਿਪੋਰਟ ਵੀ ਲਿਖਾ ਤੀ, ਸਭ ਕੁਝ ਹੋ ਗਿਆ। ਮੈਂ ਕੋਈ ਗੱਲ ਨਹੀਂ, ਕੀ ਪਤਾ ਕਿਤੇ ਗਮਸ਼ਾ ਹੋਇਆ ਹੋਇਆ ਤਾਂ ਪਤਾ ਲੱਗ ਜੂਗਾ, ਪਰ ਇਹ ਮੁੰਡਾ ਨਹੀਂ ਸਾਨੂੰ ਲੱਭਾ ਕਿੰਨੇ ਦਿਨ। ਫਿਰ ਬਾਅਦ ਵਿੱਚ ਇਹ ਜਿਹੜੇ ਇਹਦੇ ਫੋਨ ਦੀ ਲੋਕੇਸ਼ਨ ਤੋਂ ਸਾਨੂੰ ਮੁੜ ਕੇ ਪੁਲਿਸ ਵਾਲਿਆਂ ਨੇ ਕਿਹਾ ਵੀ ਇਹਦਾ ਵੀ ਫੋਨ ਲੋਕੇਸ਼ਨ ਵੇਖੀਏ, ਉਹਦੀ ਵੀ ਜਵਾਈ ਦੀ ਵੇਖੀਏ। ਉਹਦੀ ਜਵਾਈ ਦੀ ਲੋਕੇਸ਼ਨ ਤੋਂ ਸਾਰਾ ਹੀ ਪਤਾ ਲੱਗਾ ਵੀ ਇਹ 4:16 'ਤੇ ਬੱਸ ਸਟੈਂਡ ਅੰਮ੍ਰਿਤਸਰ ਹੈ, ਅਤੇ 5 ਵਜੇ ਇੱਥੇ ਆ ਗਿਆ ਵਾ। ਆਉਣ ਕੇ ਇਹਨੇ ਮੁੜ ਕੇ ਮੁੰਡੇ ਨੂੰ ਕਿਤੇ ਦੱਸਤਾ ਹੋਣਾ ਟਾਈਮ, ਫਿਰ ਉਹ ਜਿਹਦੇ ਮੁੰਡੇ ਕੋਲ ਕੰਮ ਕਰਦਾ ਉਹਨੂੰ ਘੜੀ ਮੁੜੀ ਫੋਨ ਕਰਦਾ ਸੀ ਵੀ ਮੁੜ ਕੇ ਇਹਨੂੰ ਤੂੰ ਛੁੱਟੀ ਦੇ ਦੇ, ਡੈਡੀ ਉਹਦਾ ਇਕੱਲਾ ਘਰ ਹੈ, ਉਹਨੇ ਘਰ ਜਾਣਾ ਵਾ।
ਉਹ ਛੁੱਟੀ 6 ਵਜੇ ਕਰਦਾ ਲੋਕੇਸ਼ਨ ਬਾਪ ਦੀ ਵੇਖਣ ਦੀ ਕੀ ਲੋੜ ਪਈ ਪੁਲਿਸ ਨੂੰ ਕਿ ਬਾਪ ਦੀ ਵੇਖੀ ਲੋਕੇਸ਼ਨ ਪਰ ਫੋਨ ਚੱਕ ਇਹ ਕਹਿੰਦਾ ਵੀ ਮੈਂ ਮੇਰੀ ਲੋਕੇਸ਼ਨ ਵੇਖ ਲਈਏ ਮੈਂ ਉਦੋਂ ਬਿਮਾਰ ਹਾਂ ਬੁਖਾਰ ਚੜਿਆ ਸੀ ਮੈਂ ਸਾਰਾ ਦਿਨ ਘਰ ਹੀ ਰਿਹਾ ਮੈਂ ਕਿਤੇ ਨਹੀਂ ਗਿਆ ਫਿਰ ਉਹਨੇ ਜਵਾਈ ਦੀ ਵੀ ਲੋਕੇਸ਼ਨ ਉਹਨਾਂ ਨੇ ਵੇਖੀ ਉਹ ਵੇਖੀ ਅਤੇ ਅਸੀਂ ਕਿਹਾ ਵੀ ਇਹ ਜਵਾਈ ਜਿਹੜਾ ਉਦੋਂ ਅੰਮ੍ਰਿਤਸਰ ਗਿਆ ਦਾ ਸੀਗਾ ਇਹਦੀ ਲੋਕੇਸ਼ਨ ਨੂੰ ਵੀ ਵੇਖੀ ਇਹ ਕਹਿੰਦੇ ਵੀ ਤੇਰੀ ਲੋਕੇਸ਼ਨ ਜਿਹੜੀ ਹੈ ਤੂੰ ਅੰਮ੍ਰਿਤਸਰ ਗਿਆ ਵਾ ਅਤੇ ਫਿਰ ਤੇਰੀ ਲੋਕੇਸ਼ਨ ਬਟਾਲੇ ਦੀ ਕਿੱਦਾਂ ਆਉਣ ਰਹੀ ਹੈ ਬਟਾਲੇ ਤੂੰ ਕਰਨ ਕੇ ਆਇਆ ਦੱਸ ਕੋਈ ਕੰਮ ਹੈਗਾ ਤਾਂ ਦੱਸ ਦੇ ਇਹ ਜਦੋਂ ਨਹੀਂ ਇਹਨੇ ਮੁੜ ਕੇ ਦੱਸਿਆ ਕੁਛ ਅਤੇ ਉਹਨਾਂ ਨੇ ਇਹਨੂੰ ਫਿਰ ਅੰਦਰ ਜਦੋਂ ਉੱਥੋਂ ਸੱਦਿਆ ਅੰਮ੍ਰਿਤਸਰੋਂ ਅੰਦਰ ਖੜਿਆ ਵਾ ਖੜਿਆ ਤਾਂ ਉਹਨੂੰ ਜੋ ਕਿਹਾ ਭਈ ਦੱਸ ਬਈ ਉਹਨੇ ਨਹੀਂ ਦੱਸਿਆ ਉਹਨੇ ਸਥਰੋੜ ਕੀਤੀ ਹੋਣੀ ਹੈ ਫਿਰ ਉਹਨੇ ਦੱਸਿਆ ਕਿ ਮੈਂ ਦੂਜੇ ਦਿਨ ਜਾ ਕੇ ਅਸੀਂ ਰੋਟੀ ਸ਼ਾਮਾਂ ਦੇਣ ਗਏ ਹਾਂ ਏ ਐੱਸ ਆਈ ਨੇ ਪੁੱਛਿਆ ਹਰਪਾਲ ਸਿੰਘ ਨੂੰ ਭਈ ਇਹਨੇ ਕੁਝ ਦੱਸਿਆ ਕਹਿੰਦਾ ਹਜੇ ਤੱਕ ਨਹੀਂ ਦੱਸਿਆ ਕਹਿੰਦਾ ਸਵੇਰੇ ਦੱਸ ਦੇਗਾ ਮੈਂ ਚਲੋ ਰਾਤ ਫਿਰ ਉਹਨਾਂ ਨੇ ਸਾਡੇ ਸਾਹਮਣੇ ਕਹਿੰਦੇ ਭਈ ਅਸੀਂ ਇੱਕ ਵਾਰੀ ਤੁਹਾਡੇ ਸਾਹਮਣੇ ਸਤਰਾਊਟ ਕਰ ਦਿਓ ਮੈਂ ਕਿਹਾ ਨਹੀਂ ਸਾਡੇ ਸਾਹਮਣੇ ਨੂੰ ਕਰੋ ਅਸੀਂ ਚੱਲੇ ਹਾਂ ਬਾਹਰ ਤੁਸੀਂ ਸਾਡੇ ਗੈਰ ਹਾਜ਼ਰ ਵਿੱਚ ਜਿੰਨਾ ਮਰਜ਼ੀ ਇਹਨੂੰ ਪੁੱਛੋ ਟਾਰਗੇਟ ਕਰੋ ਜਦੋਂ ਅਸੀਂ ਬਾਹਰ ਨਿਕਲਿਆ ਤਾਂ ਕਹਿੰਦੇ ਭਈ ਰੋਟੀ ਤੁਸੀਂ ਇਹਨੂੰ ਦੇ ਜਾਓ ਜਾਓ ਤੁਸੀਂ ਅਤੇ ਅਗਲੇ ਦਿਨ ਗਏ ਹਾਂ ਅਤੇ ਫਿਰ ਕਹਿੰਦਾ ਵੀ ਇਹ ਵਗ ਪਿਆ ਵਾ ਇਹ ਤਰੀਕ ਸਰ ਮੈਨੂੰ ਨਹੀਂ ਜੇ ਯਾਦ ਨਹੀਂ ਜੇ ਭਈ ਇਹ ਵਗ ਪਿਆ ਵਾ ਅੱਜ ਤੋਂ 6 ਦਿਨ ਦੀ ਪਹਿਲਾਂ ਗੱਲ ਵਾ ਹੁਣ ਤੁਹਾਨੂੰ ਪਤਾ ਕਦੋਂ ਲੱਗਾ ਕਿ ਸਾਰਾ ਕਰਾ ਹੋਇਆ ਜਵਾਈ ਵੱਲੋਂ ਕੀਤਾ ਗਿਆ ਇਹ ਉਹਨੇ ਉਦਣ ਕਿਹਾ ਵੀ ਇਹਨੇ ਮੁੰਡਾ ਦੱਸਦਾ ਕਿ ਮੈਂ ਕਿਡਨੈਪ ਕੀਤਾ ਵਾ ਅਤੇ ਮੈਂ ਮੁੰਡਾ ਚੁੱਕ ਕੇ ਆਪਣੇ ਪਿਓ ਨੂੰ ਦੇਤਾ ਵਾ ਅਤੇ ਬਾਅਦ ਵਿੱਚ ਹਰਪਾਲ ਕਹਿੰਦਾ ਵੀ ਅਸੀਂ ਜਾਣ ਡੇ ਹਾਂ ਸਾਨੂੰ ਗਲੀਆਂ ਬੜੀਆਂ ਉੱਥੇ ਘੁਮਾਉਣ ਡਿਆ ਕਦੇ ਕਿਸੇ ਪਾਸੇ ਲੈਂਦਾ ਕਦੇ ਕਿਸੇ ਪਾਸੇ ਲੈਂਦਾ ਹਜੇ ਕੋਈ ਸਾਨੂੰ ਟਿਕਾਣੇ ਨਹੀਂ ਪਹੁੰਚਣ ਡੇ ਸ਼ਾਰਟਕੱਟ ਦੱਸੋ ਤੁਸੀਂ ਕਿ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਸਾਨੂੰ ਅੱਜ ਫਾਈਨਲ ਕੀਤਾ ਵਾ ਕਿ ਅੱਜ ਵੀ ਐਸ ਐਸ ਪੀ ਦੇ ਅਸੀਂ ਮੈਨੂੰ ਹਰਪਾਲ ਅਸੀਂ ਬਾਹਰ ਖੋਤੇ ਹਾਂ ਇਹ ਕਹਿੰਦਾ ਵੀ ਅੱਜ ਤੁਸੀਂ ਕਿੱਥੇ ਆਇਓ ਅੱਜ ਅਤੇ 2-3 ਦਿਨ ਠਹਿਰ ਜਾਓ ਫਿਰ ਮੈਂ ਕਿਹਾ ਨਹੀਂ ਮੈਂ ਕਿਹਾ ਤੁਹਾਡੇ ਨਾਲ ਕੋਈ ਸਾਡਾ ਕੰਮ ਨਹੀਂ ਹੁਣ ਮੈਂ ਕਿਹਾ ਅਸੀਂ ਐਸ ਐਸ ਪੀ ਨੂੰ ਮਿਲ ਕੇ ਅਸੀਂ ਪੁੱਛਣਾ ਵਾ ਵੀ ਜਨਾਬ ਸਾਡੀ ਸੁਣਾਈ ਨਹੀਂ ਹੋ ਰਹੀ ਸਾਨੂੰ ਰੋਜ਼ ਲਾਰਾਂ ਲਾਉਣ ਡੇ ਨੇ ਵੀ ਅੱਜ ਦੱਸਾਂਗੇ ਕੱਲ੍ਹ ਦੱਸਾਂਗੇ ਅਤੇ ਅਸੀਂ ਪੁੱਛ ਲੈਂਦੇ ਹਾਂ ਫਿਰ ਜਦੋਂ ਇਹ ਅੰਦਰ ਗਏ ਨੇ ਐਸ ਐਸ ਪੀ ਸਾਹਿਬ ਨੇ ਫਿਰ ਇਹਨਾਂ ਨੂੰ ਕਿਹਾ ਕਿ ਮੁੰਡੇ ਤੁਹਾਡੇ ਦੀ ਡੈਥ ਹੋ ਗਈ ਆ ਇਹਨੇ ਮੁੰਡਾ ਮਾਰਤਾ ਦਾ ਵਾ ਫਿਰ ਕਹਿੰਦਾ ਮਾਰ ਲਿਆ ਕਿੰਨੇ ਇਹ ਮੇਜਰ ਨੇ ਮੇਜਰ ਕੌਣ ਨੇ ਮੇਜਰ ਇਹਦਾ ਜਵਾਈ ਹੈ ਸੁਖਦੇਵਪਾਲ ਦਾ ਇਹਨੇ ਕਿਹਾ ਵੀ ਮੁੰਡਾ ਮਾਰਤਾ ਦੇ ਇਹਦੇ ਬਾਅਦ ਵਿੱਚ ਕਹਿੰਦਾ ਵੀ ਤੁਸੀਂ ਛੋਟੀ ਮੈਡਮ ਨੂੰ ਡੀ ਐੱਸ ਪੀ ਮੈਡਮ ਨੂੰ ਪਰਮਿੰਦਰ ਕੌਰ ਨੂੰ ਮਿਲ ਲਓ ਉਹਦੇ ਕੋਲ ਗਏ ਹਾਂ ਅਤੇ ਉਹਨੇ ਵੀ ਇਹੋ ਗੱਲ ਕਹੀ ਹੈ ਵੀ ਮੁੰਡਾ ਤੁਹਾਡਾ ਇਹਨੇ ਮਾਰਤਾ ਦਾ ਜੇ